ਮੈਂ ਦੇਖੋ ਬੜੀ ਹਰ ਥਾਂ ਤੇ ਇਹ ਮੀਡੀਆ ਨੂੰ ਇੱਕ ਬੇਨਤੀ ਕਰਦਾ ਕਿ ਕਾਈਂਡਲੀ ਡੋਂਟ ਯੂਜ਼ ਦਿਸ ਵਰਡ ਵਿਰੋਧ। ਦੇਖੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਤਿੰਨ ਪਾਰਟੀਆਂ ਚਾਰ ਪਾਰਟੀਆਂ ਹੋਰ ਇਲੈਕਸ਼ਨ ਲੜ ਰਹੀਆਂ, ਸ਼ਾਇਦ ਇੱਕ ਦੋ ਇੰਡੀਪੈਂਡੈਂਟ ਵੀ ਲੜ ਰਹੇ ਹੋ। ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਸਾਡਾ ਵਿਰੋਧ ਕਰ ਰਹੇ ਨੇ। ਦੇਅਰ ਵੇ ਆਫ ਗਿਵਿੰਗ ਦੇਅਰ ਆਈਡੀਆਜ਼, ਦੇਅਰ ਵਿਊਜ਼, ਜਾਂ ਉਹ ਡਿਸਕਸ਼ਨ ਜਿਹੜੀ ਕਰਨਾ ਚਾਹੁੰਦੇ ਨੇ, ਉਹ ਇੱਕ ਡਿਫਰੈਂਟ ਮੋਡ ਹੈ। ਜਿਹੜੀ ਵਿਰੋਧ ਤਾਂ ਸਾਡੀ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ, ਅਸੀਂ ਉਹਨਾਂ ਦਾ ਕਰ ਰਹੇ ਹਾਂ, ਉਹ ਸਾਡੀ ਕਰ ਰਹੇ ਨੇ। ਉਹਨਾਂ ਉਹ ਸਾਡਾ ਇਸ ਕਰਕੇ ਜ਼ਿਆਦਾ ਕਰ ਰਹੇ, ਉਹਨਾਂ ਨੂੰ ਪਤਾ ਵੀ ਇਹ ਜਿਹੜੀ ਗੱਲ ਕਹਿ ਰਹੇ ਨੇ, ਇਫੈਕਟ ਕਹਿ ਰਹੇ ਨੇ, ਔਰ ਲੋਕਾਂ ਦੇ ਮਨ ਦੇ ਵਿੱਚ ਲੱਗ ਰਹੀ ਹੈ। ਆਮ ਆਦਮੀ ਪਾਰਟੀ ਸਾਡਾ ਅੱਜ ਵਿਰੋਧ ਕਰ ਰਹੀ ਹੈ, ਕਾਂਗਰਸ ਪਾਰਟੀ ਸਾਡਾ ਵਿਰੋਧ ਕਰ ਰਹੀ ਹੈ, ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ 25 ਸਾਲ ਇਕੱਠਾ ਰਹਿ ਕੇ ਉਹ ਵਿਰੋਧ ਕਰ ਰਿਹਾ, ਉਹ ਕਹਿ ਰਿਹਾ ਜੀ ਵੀ ਅੱਜ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕਿਆ RSS ਤੇ BJP ਸਿੱਖ ਗੁਰੂ ਧਾਮਾਂ ਤੇ ਕਬਜ਼ਾ ਕਰ ਰਹੀ ਹੈ। ਇਹ ਗੱਲ ਕਹਿਣੀ ਤੇ ਸਿਰਫ ਵੋਟ ਬਟੋਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਹੀ ਜਿਹੜੇ ਮੇਰੇ ਕਿਸਾਨ ਭਰਾ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਹਾਡੀ ਜੇ ਕੋਈ ਗੱਲ ਹੈ, ਤੁਸੀਂ ਆਪਣੀਆਂ ਮੰਗਾਂ ਆਲਰੇਡੀ ਸੈਂਟਰਲ ਸਰਕਾਰ ਦੇ ਜਿਹੜੇ ਸਾਡੇ ਸੀਨੀਅਰ ਮਿਨਿਸਟਰ ਨੇ ਇੱਥੇ ਆ ਕੇ ਗੱਲਬਾਤ ਕਰਕੇ, ਉਹਨਾਂ ਨਾਲ ਮੀਟਿੰਗਾਂ ਹੋ ਰਹੀਆਂ, ਇਲੈਕਸ਼ਨ ਦਾ ਮਾਹੌਲ ਹੈ, ਇਲੈਕਸ਼ਨ ਤੋਂ ਬਾਅਦ ਹੀ ਸਾਰੀਆਂ ਮਸਲੇ ਜਿਹੜੇ ਨੇ ਅਕਰੋਸ ਦੀ ਟੇਬਲ ਇਹ ਚੀਜ਼ਾਂ ਹੱਲ ਹੁੰਦੀਆਂ ਨੇ। ਸੜਕ 'ਤੇ ਖੜੋ ਕੇ ਅਤੇ ਨਾਰੇ ਮਾਰ ਕੇ ਅਤੇ ਰੌਲਾ ਪਾ ਕੇ ਜਾਂ ਰਸਤਾ ਰੋਕ ਕੇ ਤਾਂ ਇਹ ਮਸਲੇ ਨਹੀਂ ਹੱਲ ਹੋ ਸਕਦੇ। ਆਮ ਜਨਤਾ ਨੂੰ ਇਹਦੀ ਅਸੁਵਿਧਾ ਹੋ ਰਹੀ ਹੈ। ਲੋਕ ਤੁਸੀਂ ਆਪਣਾ ਵਿਊ ਦੇਣਾ, ਤੁਸੀਂ ਇਲੈਕਸ਼ਨ ਲੜ ਕੇ ਦੇ ਲਓ। ਜੇ ਤੁਸੀਂ ਡੈਮੋਕਰੇਟਿਕ ਸਿਸਟਮ ਹੈ, ਜੇ ਤੁਹਾਨੂੰ ਸਾਡੀਆਂ ਪਾਲਿਸੀਜ਼, ਆਈਡੀਆਲੋਜੀ ਭਾਰਤੀ ਜਨਤਾ ਪਾਰਟੀ ਦੀ ਚੰਗੀ ਨਹੀਂ ਲੱਗਦੀ, ਤੁਸੀਂ ਸਾਡੇ ਨਾਲ ਸਹਿਮਤ ਨਹੀਂ, ਤਾਂ ਤੁਸੀਂ ਇਲੈਕਸ਼ਨ ਲੜ ਲਓ। ਪਿਛਲੀ ਵਾਰੀ ਕਿਸਾਨਾਂ ਨੇ ਇਲੈਕਸ਼ਨ ਲੜਿਆ ਹੀ ਸੀ ਨਾ, ਕੀ ਹਾਲ ਹੋਇਆ ਸੀ। ਸੋ ਇਹ ਗੱਲ ਜਿਹੜੀ ਹੈ, ਅਸੀਂ ਇਲੈਕਸ਼ਨ ਲੜ ਕੇ ਆਪਦੀ ਆਈਡੀਆਲੋਜੀ ਲੋਕਾਂ ਤੱਕ ਪਹੁੰਚਾ ਰਹੇ ਹਾਂ। ਅਸੀਂ ਆਪਣੇ ਵਿਊ ਪੁਆਇੰਟ, ਸਾਡਾ ਵਿਜ਼ਨ ਕੀ ਹੈ, ਸਾਡੇ ਪ੍ਰਧਾਨ ਮੰਤਰੀ ਜੀ ਦਾ, ਸਾਡੇ ਨੇਤਾ ਦਾ ਵਿਊ ਕੀ ਹੈ, ਔਰ ਭਾਰਤੀ ਜਨਤਾ ਪਾਰਟੀ ਇੱਕੋ ਪਾਰਟੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ, ਜਿਨ੍ਹਾਂ ਦੀ ਲੀਡਰਸ਼ਿਪ ਬੜੀ ਕਲੀਅਰ ਹੈ, ਵੈਰੀ ਕ੍ਰਿਸਟਲ ਕਲੀਅਰ, ਜਿਹਨੂੰ ਕਹਿੰਦੇ ਨੇ ਪਤਾ ਆ ਰਿਹਾ ਵੀ ਫਲਾਣਾ ਬੰਦਾ ਪ੍ਰਧਾਨ ਮੰਤਰੀ ਬਣੇਗਾ। ਇੰਡੀਆ ਦਾ ਜਿਹੜਾ ਗੱਠਜੋੜ ਹੈਗਾ, ਉਹਦਾ ਕੋਈ ਪਤਾ ਹੈ ਵੀ ਕਿਹੜੇ ਹੱਥ ਰੋਟੀ ਆਉਣੀ ਹੈ, ਕਿੰਨੇ ਖਿੱਚਣੀ ਹੈ, ਕਿੰਨੇ ਤੋੜਨੀ ਹੈ, ਕਿੰਨੇ ਲੈ ਜਾਣੀ ਹੈ, ਉਹਨਾਂ ਦੀ ਕੋਈ ਆਈਡੀਆਲੋਜੀ ਹੈ? ਆਮ ਆਦਮੀ ਪਾਰਟੀ, ਮਾਫ਼ ਕਰਨਾ ਜੀ ਮੈਂ ਟਾਈਮ ਲੈ ਰਿਹਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਆਈਡੀਆਲੋਜੀ ਕੀ ਅੱਜ? ਵਾਟ ਇਜ਼ ਦੀ ਆਈਡੀਆਲੋਜੀ? ਇਹਨੂੰ ਤੁਸੀਂ ਮੇਰੇ ਐਕਸਪਲੇਨ ਕਰਨਾ ਕਿ ਦਿੱਲੀ ਰਾਜਸਥਾਨ 'ਚ ਹਮ ਭਾਈ ਭਾਈ ਹੈ, ਪੰਜਾਬ 'ਚ ਹਮ ਇੱਕ ਦੂਸਰੇ ਕੇ ਜਾਨੀ ਦੁਸ਼ਮਣ। ਦਿਸ ਇਜ਼ ਨਾਟ ਫੇਅਰ, ਦਿਸ ਇਜ਼ ਮੇਕਿੰਗ ਪੀਪਲ ਆਫ ਦੀ ਸਟੇਟ ਔਰ ਪੀਪਲ ਆਫ ਦੀ ਕੰਟਰੀ, ਉਹਨਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਕਿ ਤੁਸੀਂ ਇਹ ਕਹੋ ਜੀ ਵੀ ਮੈਂ ਦਿੱਲੀ 'ਚ ਤੇ ਤੁਹਾਡਾ ਦੋਸਤ ਹਾਂ, ਤੇ ਜਦੋਂ ਪੰਜਾਬ 'ਚ ਪੈਰ ਰੱਖਾਂਗਾ ਤੇ ਫਿਰ ਮੈਂ ਤੈਨੂੰ ਗੋਲੀ ਮਾਰਾਂਗਾ, ਤੇ ਸਾਡੀ ਦੁਸ਼ਮਣੀ। ਇਹ ਆਈਡੀਆਲੋਜੀ ਇਹਨਾਂ ਦੋਨਾਂ ਪਾਰਟੀਆਂ ਦੀ, ਜਿਹਨਾਂ ਵਾਸਤੇ ਲੋਕ ਕਹਿ ਰਹੇ ਜੀ ਵੀ ਇਹ ਵੋਟ ਮੰਗਣ ਦੇ ਹੱਕਦਾਰ ਹੀ ਨਹੀਂ ਹੈਗੇ, ਬਿਕੋਜ਼ ਦੇ ਆਰ ਪਲੇਇੰਗ ਵਿਦ ਦੀ ਸੈਂਟੀਮੈਂਟਸ ਆਫ ਦੀ ਪੀਪਲ। ਮੁੱਦੇ ਮੈਂ ਬਾਰਡਰ 'ਤੇ, ਅਸੀਂ ਜਿਹੜੀ ਸਾਡੀ ਕੰਸਟੀਚੁਐਂਸੀ ਹੈ ਬਾਰਡਰ ਏਰੀਆ ਦਾ, ਮੈਂ ਬਾਰਡਰ ਏਰੀਆ ਪੈਕੇਜ, ਸਪੈਸ਼ਲ ਇੰਡਸਟਰੀ ਪੈਕੇਜ ਪ੍ਰਧਾਨ ਮੰਤਰੀ ਜੀ ਕੋਲ ਲੈ ਕੇ ਆਵਾਂਗਾ। ਮੈਂ ਹਸੈਨੀ ਵਾਲਾ ਬਾਰਡਰ 'ਤੇ ਜਿਹੜਾ ਬਿਜ਼ਨਸ ਹੈ ਔਰ ਜਿਹੜੀ ਟਰਾਂਸਪੋਰਟੇਸ਼ਨ ਹੈ ਉਹਨੂੰ ਓਪਨ ਕਰਵਾਵਾਂਗਾ। ਮੈਂ ਡਰੱਗ ਫੋਰ ਪੰਜਾਬ, ਸਾਰੇ ਪੰਜਾਬ ਦੀ ਗੱਲ ਕਰ ਰਿਹਾ, ਔਰ ਖਾਸ ਤੌਰ 'ਤੇ ਬਾਰਡਰ ਬੈਲਟ 'ਤੇ ਜਿਹੜਾ ਅਸੀਂ ਫਿਰੋਜ਼ਪੁਰ ਨੂੰ ਅਸੀਂ ਡਰੱਗ ਫਰੀ ਘੋਸ਼ਣਾ ਕਰਾਵਾਂਗੇ ਔਰ ਬਣਾਵਾਂਗੇ।
ਅਸੀਂ ਇੱਥੇ ਜਿਹੜੀਆਂ ਸਾਡੀਆਂ ਡਿਵੈਲਪਮੈਂਟ ਨੇ, ਜਿਵੇਂ ਅਬੋਰਟ ਸੀਡ ਫਾਰਮ ਦਾ ਰੌਲਾ ਹੈਗਾ, ਪੀਣ ਵਾਲੇ ਪਾਣੀ ਦਾ ਬੱਲੂ ਆਉਣੇ 'ਚ ਤਾਂ ਇੱਥੇ ਪ੍ਰੋਬਲਮ ਹੈਗੀ ਹੈ, ਕਿੰਨੀ ਸ਼ੋਰਟੇਜ ਹੈ ਪਾਣੀ ਦੀ ਪਹਿਲਾਂ ਮੈਨੂੰ ਦੱਸੋ ਫਾਜ਼ਿਲਕਾ 'ਚ। ਅੱਜ ਡਰਿੰਕਿੰਗ ਪਾਣੀ ਜਿਹੜਾ ਵਾਟਰ ਲੈਵਲ ਕਿੱਥੇ ਚਲਾ ਗਿਆ ਹੈਗਾ, ਔਰ ਫਿਰ ਉਹਦੇ ਵਿੱਚ ਕਈ ਧਾਤੂ ਨੇ, ਕੈਂਸਰਸ ਏਰੀਆ ਹੋ ਗਿਆ ਸਾਡਾ, ਸਾਡੀ ਹੈਲਥ 'ਤੇ। ਅੱਜ ਪੰਜਾਬ ਦੇ ਜਿਹੜੇ ਮੌਜੂਦਾ ਹਾਕਮ ਨੇ ਉਹ ਕਹਿ ਰਹੇ ਜੀ ਆਮ ਆਦਮੀ ਪਾਰਟੀ ਕਲੀਨਿਕ, ਮੁਹੱਲਾ ਕਲੀਨਿਕ। ਦੱਸੋ ਮੁਹੱਲਾ ਕਲੀਨਿਕ ਹੱਲ ਹੈ ਕੋਈ ਇਸ ਚੀਜ਼ ਦਾ? ਕੈਨ ਮੁਹੱਲਾ ਕਲੀਨਿਕ ਬੀ ਹੈਲਪਫੁਲ ਟੂ ਦੀ ਏ ਪੇਸ਼ੈਂਟ ਹੂ ਇਜ਼ ਸਫਰਿੰਗ ਫਰੋਮ ਏ ਕੈਂਸਰ ਔਰ ਫਰੋਮ ਏ ਕਿਡਨੀ ਡਿਜ਼ੀਜ਼ ਔਰ ਫਰੋਮ ਏ ਹਾਰਟ ਡਿਜ਼ੀਜ਼? ਇਹ ਬੜਾ ਕਲੀਅਰ ਹੈ ਕਿ ਦੂਜੀਆਂ ਪਾਰਟੀਆਂ ਦੀ ਇਹ ਸਾਜਿਸ਼ ਹੈ, ਕਿਉਂਕਿ ਲੋਕਾਂ ਦਾ ਜਿਹੜਾ ਡਾਈਵਰਜਨ ਕਰਨ ਵਾਸਤੇ, ਮਾਈਂਡ ਡਾਈਵਰਟ ਕਰਨ ਵਾਸਤੇ। ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਨੇ ਇਹ ਘੋਸ਼ਣਾ ਕੀਤੀ ਸੀ 2022 ਦੇ ਇਲੈਕਸ਼ਨ, ਤੁਸੀਂ ਕੱਢ ਕੇ ਦੇਖ ਲਓ, ਕਿ ਅਸੀਂ ਹਰ ਕਰੋਪ 'ਤੇ ਜੇ ਸੈਂਟਰਲ ਸਰਕਾਰ MSP ਨਹੀਂ ਦੇਵੇਗੀ ਤਾਂ ਸਟੇਟ ਸਰਕਾਰ MSP ਦੇਵੇਗੀ। ਮੈਂ ਗਲਤ ਕਹਿ ਰਿਹਾ? ਤੁਸੀਂ ਦੱਸੋ ਕਿਹਾ ਸੀ, ਉਹਨਾਂ ਦਾ ਨਹੀਂ ਵਿਰੋਧ ਹੋ ਰਿਹਾ, ਉਹਨਾਂ ਨੇ ਕਿਹਾ ਸੀ ਮੈਂ ਪੰਜਾਬ ਦੀ ਜਿਹੜੀ ਸਾਡੀ ਭੈਣ ਹੈ ਜਾਂ ਮਾਤਾ ਹੈ ਉਹਨੂੰ 1,000 ਰੁਪਏ ਮਹੀਨੇ ਦਾ ਦੇਵਾਂਗੇ, 36 ਮਹੀਨੇ ਦਵੋਗੇ ਤਾਂ 1 ਦਵਾਨੀ ਨਹੀਂ ਦਿੱਤੀ ਗਈ, ਉਹਨਾਂ ਦਾ ਵਿਰੋਧ ਨਹੀਂ ਹੋ ਸਕਦਾ ਗਾ। ਉਹਨਾਂ ਨੇ ਕਿਹਾ ਸੀ ਅਸੀਂ ਡਰੱਗਸ ਦਾ ਮਸਲਾ ਜਿਹੜਾ ਹੈ ਉਹ ਖਤਮ ਕਰ ਦਿਆਂਗੇ, ਉਹਨਾਂ ਦਾ ਵਿਰੋਧ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀ ਅਸੀਂ ਐਕਸਾਈਜ਼ ਅਤੇ ਰੇਤਾ, ਅੱਜ ਰੇਤਾ ਦਾ ਕੀ ਪਾਇਆ ਜੀ, ਚਲੋ ਇੱਥੇ ਮੈਨੂੰ ਲੈ ਦਿਓ 10 ਟਰਾਲੀਆਂ ਰੇਤਾ ਦੀਆਂ ਲੈ ਦਿਓ, ਗੁਰੂ ਸਾਹਿਬ 'ਚ ਹੈ ਜਾਂ ਜਲਾਲਾਬਾਦ 'ਚ ਹੈ ਜਾਂ ਫਾਜ਼ਿਲਕਾ 'ਚ ਹੈ? ਮੈਂ ਰੇਟ ਪੁੱਛ ਰਿਹਾ, ਮੈਂ ਰੇਟ ਦੀ ਗੱਲ ਕਰ ਰਿਹਾ। ਰੇਟ ਜਿਹੜੇ ਨੇ ਉਹ 4 ਟਾਈਮਸ ਨੇ, ਔਰ ਜਿਹੜੀ ਰੈਵਨਿਊ ਹੈ ਉਹ ਥੱਲੇ ਗਿਰ ਗਈ। ਉਹ ਤਾਂ ਕਹਿੰਦੇ ਸੀ ਜੀ ਅਸੀਂ 10,000 ਕਰੋੜ ਰੁਪਏ ਦੀ ਰੇਤਾ ਦਾ ਰੈਵਨਿਊ ਲਿਆਵਾਂਗੇ। 10,000 ਕਰੋੜ ਰੁਪਏ ਦੀ ਰੇਤਾ ਦਾ ਰੈਵਨਿਊ ਕਾਹਦਾ ਆਉਣਾ ਸੀਗਾ? ਤਾਂ 250 ਕਰੋੜ ਦੀ ਰੈਵਨਿਊ ਨਹੀਂ ਆਏਗਾ। ਕੱਲ੍ਹ ਨੂੰ RTI 'ਚ ਐਪਲੀਕੇਸ਼ਨ ਦੇ ਕੇ ਦੇਖ ਲਓ। ਇਸੇ ਤਰ੍ਹਾਂ ਹੀ ਐਕਸਾਈਜ਼ ਪਾਲਿਸੀ, ਸ਼ਰਾਬ ਦੇ ਘੁਟਾਲੇ ਇੱਥੇ ਵੀ ਅਤੇ ਦਿੱਲੀ ਵੀ। ਮੇਰੇ ਕੋਲ ਇਥੋਨੋਲ ਦਾ ਲਾਇਸੈਂਸ ਹੈ ਸੀ, ਮੈਂ ਕਹਿ ਰਿਹਾ ਕਿ ਸ਼ਰਾਬ ਦੀ ਫੈਕਟਰੀ ਨਾ, ਮੇਰਾ ਸ਼ਰਾਬ ਦੀ ਕੋਈ ਫੈਕਟਰੀ ਹੈ, ਜਿਹੜੀਆਂ ਪੰਜਾਬ 'ਚ 18 ਡਿਸਟਿਲਰੀਜ਼ ਲੱਗੀਆਂ ਨੇ ਉਹ ਪੰਜਾਬ 'ਚ ਲੱਗੀਆਂ ਨੇ, ਲਾਹੌਰ 'ਚ ਨਹੀਂ ਲੱਗੀਆਂ। ਤੁਸੀਂ ਲੋਕਾਂ ਦੇ ਵਿਰੋਧ ਦੀ ਗੱਲ ਕਰ ਰਹੇ ਹੋ। ਸ਼ਰਾਬ ਜਿਹੜੀ ਹੈ ਫਾਜ਼ਿਲਕਾ 'ਚ ਵੀ ਵਿਕਦੀ ਹੈ, ਦੁਕਾਨੋ ਦੁਕਾਨ ਵਿਕਦੀ ਹੈ, ਅਬੋਹਰ 'ਚ ਵੀ ਵਿਕਦੀ ਹੈ। ਪਹਿਲਾਂ ਮੇਰੀ 1 ਮਿੰਟ ਗੱਲ ਸੁਣ ਲਓ ਨਾ, ਮੈਂ ਇੱਕ ਗੱਲ ਸਾਬਤ ਕਰ ਰਿਹਾ ਕਿ ਅਸੀਂ ਸ਼ਰਾਬ ਦੀ ਫੈਕਟਰੀ ਨਹੀਂ ਸੀ ਲਾ ਰਹੇ, ਦੈਟ ਇਜ਼ ਇਨਫ। ਜਦ ਆਈ ਐਮ ਸੇਇੰਗ ਕਿ ਵੀ ਇਹ ਗੱਲ ਝੂਠੀ ਸੀ, ਇਹ ਝੂਠੀ ਸੀਗੀ। ਉਹ ਹੋ ਸਕਦਾ ਇਥੋਨੋਲ ਕੋਈ ਕਈ ਇਸ ਵੇਲੇ ਹਿੰਦੁਸਤਾਨ ਦੀਆਂ ਜਿਹੜੀਆਂ ਹੈਗੀਆਂ ਨੇ ਇਹ ਸਟੇਟ ਪਾਲਿਸੀਜ਼ ਨੇ, ਹਰ ਪੈਟਰਲ ਦੇ ਵਿੱਚ ਯੂਜ਼ ਕੀਤਾ ਜਾਂਦਾ ਜੀ। ਅੱਜ ਦੀ ਗੱਲ ਜਿਹੜੀ ਜ਼ੁਬਾਨ ਜਿਹੜੀ ਮੇਰੀ ਥੋੜ੍ਹੀ ਜਿਹੀ ਯਾਦ ਰੱਖ ਲਓ ਕਿ ਉੱਥੇ ਸ਼ਰਾਬ ਦੀ ਕੋਈ ਫੈਕਟਰੀ ਨਹੀਂ, ਨਾਲ ਕਦੀ ਅਸੀਂ ਲਾਉਣੀ ਸੀ, ਨਾ ਕੋਈ ਨੁਕਸਾਨ ਨਹੀਂ ਹੋ ਰਿਹਾ ਗਾ। ਇਟ ਇਜ਼ ਅ ਹੈਂਡਫੁਲ ਆਫ ਪੀਪਲ, ਸਰਟਨ ਪੀਪਲ, ਐਂਡ ਦੇ ਆਰ ਪਲੇਇੰਗ ਇਨ ਸੰਬੜੀਜ਼ ਹੈਂਡ। ਜਿਹੜੇ ਕਿਸਾਨ, ਯਾਰ ਅਸੀਂ ਕਿਸਾਨ ਨਹੀਂ ਹੈ, ਇਹ ਜਿਹੜੇ ਤੁਹਾਡੇ ਮੰਤਰੀ ਜੀ ਇੱਥੋਂ ਦੇ ਇਹ ਕਿਆ ਕਰਦੇ ਨੇ, ਇਹ ਵੀ ਕਿਸਾਨ ਨੇ ਨਾ, ਤਾਂ ਫਿਰ ਕਿਸਾਨ ਇੱਥੇ ਹੋਰ ਵੀ ਬਹੁਤ ਨੇ, ਤੁਸੀਂ ਦੱਸੋ। ਇਹ ਤਾਂ ਇੱਕ ਐਵੇਂ ਇੱਕ ਗੇਮ ਬਣਾਈ ਗਈ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕਿਸਾਨਾਂ ਦੇ ਖਿਲਾਫ ਹੈ। ਬਈ MSP 'ਤੇ ਅੱਜ ਤੁਸੀਂ ਹੁਣ ਕਣਕ ਵੇਚ ਕੇ ਹਟੇ ਹੋ, MSP 'ਤੇ ਤੁਸੀਂ ਝੋਨਾ ਵੇਚ ਕੇ ਹਟੇ ਹੋ, ਇਹਦੇ 'ਚ ਇਹ ਬਿਲਕੁਲ ਟੋਟਲੀ ਮਿਸਗਾਈਡਡ ਲੋਕਾਂ ਦੀ ਇਹਦੇ 'ਚ ਸਾਜਬਾਜ਼ੀ, ਜਾਲਬਾਜ਼ੀ ਇਹ ਚੀਜ਼ ਹੈ। ਕਿਉਂਕਿ ਇਹਨਾਂ ਨੇ ਉਹ ਉਧਰੋਂ ਜਿਹੜਾ ਜ਼ੁਲਮ ਕਮਾਇਆ ਪੰਜਾਬ ਦੇ ਲੋਕਾਂ ਦੇ ਨਾਲ, 750 ਤੋਂ ਵੱਧ ਕਿਸਾਨ ਇਹਨਾਂ ਦਿੱਲੀ ਦੀਆਂ ਬਰੂਹਾਂ 'ਤੇ ਸ਼ਹੀਦ ਕਰਤੇ, ਔਰ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ 'ਤੇ ਗੱਡੀਆਂ ਚੜਾ ਕੇ 4 ਕਿਸਾਨ ਅਤੇ 1 ਪੱਤਰਕਾਰ ਨੂੰ ਦਰਦਨਾਕ ਮੌਤ ਜਿਹੜੀ ਦਿੱਤੀ, ਇੱਥੇ ਸਿਲਸਿਲਾ ਨਹੀਂ ਮੁੱਕਿਆ।
ਜਿਹੜੇ MSP ਤੇ ਗਰੰਟੀ ਕਾਨੂੰਨ ਜਲਦ ਬਣਾਉਣ ਦੀ ਮੰਗ ਸਾਡੀ, ਉਹ ਮੰਨ ਕੇ ਸਵਾਮੀਨਾਥਨ ਰਿਪੋਰਟ ਕਹਿੰਦੇ ਲਾਗੂ ਕਰ ਦਿਆਂਗੇ, ਉਹ ਮੰਨ ਕੇ ਉਹਨਾਂ ਨੂੰ ਜਿਹੜਾ ਇੰਪਲੀਮੈਂਟ ਨਹੀਂ ਕੀਤਾ ਗਾ। ਅਸੀਂ ਇਹ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਿਹੜੀ BJP RSS ਦੀ ਪਿਛਲੇ 10 ਸਾਲਾਂ ਦੀ ਜਿਹੜੀ ਇਹਨਾਂ ਦੀ ਟਰਮ ਰਹੀ ਹੈਗੀ ਆ, ਉਸਦੇ ਦੌਰਾਨ ਇਹਨਾਂ ਨੇ ਪੂੰਜੀਪਤੀਆਂ ਲਈ ਉਹਨਾਂ ਦਾ ਬੇਤਾਸ਼ਾ ਕਰਜ਼ਾ ਮਾਫ ਕੀਤਾ ਹੈਗਾ। ਇਸ ਦੇਸ਼ ਦੇ ਜਿਹੜੇ ਕਿਸਾਨ ਹੈਗੇ ਆ, ਮਜ਼ਦੂਰ ਹੈਗੇ ਆ, ਦੁਕਾਨਦਾਰ ਹੈਗੇ ਆ, ਉਹਨਾਂ ਦੇ ਇਜਾੜੇ ਦਾ ਉਹਨਾਂ ਨੇ ਲਗਾਤਾਰ ਮੁੱਢ ਬੰਨਿਆ ਹੈਗਾ। ਇਸ ਦੇਸ਼ ਦੇ ਵਿੱਚ ਚਾਹੇ ਉਹ ਮਣੀਪੁਰ ਹੋਵੇ, ਓਲੰਪਿਕ ਦੀਆਂ ਜਿਹੜੀਆਂ ਖਿਡਾਰਨਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਉਹਨਾਂ ਜਿਹੜੇ ਬਲਾਤਕਾਰੀਆਂ ਨੂੰ ਟਿਕਟਾਂ ਦੇ ਕੇ ਨਵਾਜਿਆ ਹੈਗਾ। ਅਸੀਂ ਇਸ ਕਰਕੇ ਇਹ ਗੱਲ ਕਹਿੰਦੇ ਹਾਂ ਵੀ ਇਹ ਕੋਈ ਨੈਤਿਕ ਆਧਾਰ ਨਹੀਂ ਰੱਖਦੇ ਹੈਗੇ ਸਾਡੇ ਲੋਕਾਂ ਤੋਂ ਵੋਟਾਂ ਲੈਣ ਦਾ।